ਨਕੋਦਾ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਗਵਾੜ ਰੜਾ ਜਗਰਾਉਂ ਨਾਲੀਆਂ ਦੇ ਵਿੱਚ ਜ਼ਿਆਦਾਤਰ ਗੋਬਰ ਹੋਣ ਕਾਰਨ ਇੱਥੇ ਰਹਿਣ ਵਾਲਿਆਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਫੈਲਣ ਦਾ ਡਰ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ, ਆਓ ਉਹਨਾਂ ਨਾਲ ਗੱਲਬਾਤ ਕਰਦੇ। ਤੁਹਾਡਾ ਨਾਂ ਕੀ ਹੈ ਜੀ? ਜਸਵੀਰ ਕੌਰ। ਇਹ ਕਿਹੜੇ ਮਹੱਲੇ ਚ ਬੋਲਦੇ? ਰੜਾ ਗਵਾੜ। ਇਹ ਤੁਹਾਡੀ ਕੀ ਸਮੱਸਿਆ ਇੱਥੇ? ਸਾਡੀ ਸਮੱਸਿਆ ਸਰ, ਸਾਡੇ ਡੈਰੀ ਆ, ਡੈਰੀ ਖੋਲੇ ਆ, ਪਹਿਲਾਂ ਗੋਹਾ ਆਪਦਾ ਬੰਦੋਬਸਤ ਕੀਤਾ ਹੋਇਆ ਸੀ, ਉਹਨਾਂ ਦਾ ਟਰਾਲੀਆਂ ਭਰਾਉਂਦੇ ਸੀਗੇ, ਆਹ ਨਾਲਾ ਬਣਾਤਾ ਸਾਰਾ ਗੋਹਾ, ਨਾ ਵਿੱਚ ਰੋੜਦੇ ਆ, ਸਾਨੂੰ ਬਹੁਤ ਪ੍ਰੋਬਲਮਾਂ। ਅਸੀਂ ਤਾਂ ਪਾਣੀ ਪੀ ਅਤੇ ਗੁਜ਼ਾਰਾ ਕਰਦੇ, 3 ਦਿਨ ਹੋ ਗਏ ਰੋਟੀ ਨਹੀਂ ਖਾਧੀ ਹੈਗੀ। ਅਸੀਂ ਕਮੇਟੀ ਜਾ ਕੇ ਧਰਨੇ ਦਿੰਦੇ ਹਾਂ, ਜਿਹੜੀ ਅਸੀਂ ਆਪ ਦਿਹਾੜੀ ਹੁੰਦੀ ਆ ਉਹ ਅਸੀਂ ਉੱਥੇ ਲਾਏ ਹੋਏ ਨੇ। ਕਮੇਟੀ ਵਾਲੇ ਅੱਜ ਅਸੀਂ ਕਰਦੇ ਹਾਂ, ਕੱਲ੍ਹ ਕਰਦੇ ਹਾਂ, ਪੈਸੇ ਲੈ ਕੇ ਵੋਟ ਦਿੰਦੇ ਆ, ਕੋਈ ਐਕਸ਼ਨ ਨਹੀਂ ਲੈਂਦਾ ਸਾਡੇ 'ਤੇ। ਹਾਂਜੀ, ਉਹ ਸਾਹਿਬ ਸਾਨੂੰ ਕਹਿੰਦੇ ਤੁਹਾਨੂੰ ਕਿਹਨੇ ਸੱਦਿਆ ਸੀ, ਸਾਨੂੰ ਆਹ ਗੱਲ ਕਹੀ ਆ ਉਹਨਾਂ ਨੇ, ਕਹਿੰਦੇ ਤੁਹਾਨੂੰ ਇੱਥੇ ਕਿਹਨੇ ਬੁਲਾਇਆ ਸੀ। ਸੋਨੂੰ ਜੀ, ਗਲਤ ਕੌਣ ਬੋਲਦਾ? ਈਓ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ, ਕਹਿੰਦੇ ਤੁਹਾਨੂੰ ਕਿਹਨੇ ਬੁਲਾਇਆ ਸੀ ਇੱਥੇ? ਅਸੀਂ ਸੱਦਿਆ ਕਹਿੰਦੇ, ਕਹਿੰਦੇ ਅਸੀਂ ਤੁਹਾਨੂੰ ਸੱਦਿਆ ਸੀ ਵੀ ਅਸੀਂ ਕਿਹੜਾ ਉਹਦੇ ਮੁੰਡੇ ਦੇ ਵਿਆਹ ਤੇ ਗਏ ਸੀ, ਅਸੀਂ ਆਪਦੀ ਸਮੱਸਿਆ ਲੈ ਕੇ ਗਏ, ਸਾਡੀ ਸਮੱਸਿਆ ਸੁਣਨੀ ਚਾਹੀਦੀ ਹੈ, ਕੋ ਸਾਨੂੰ ਬਦਤਮੀਜੀ ਨਾਲ ਬੋਲਣਾ ਚਾਹੀਦਾ। ਤੁਹਾਡੇ ਜਿਹੜੇ ਤੁਸੀਂ ਸਮੱਸਿਆ ਦੇ ਕੂਲਰ ਚੈੱਕ ਕਰਨ ਆ ਜਾਂਦੇ ਆ, ਤੁਹਾਡੇ ਇਸ ਪਾਣੀ ਨੂੰ ਕਿਉਂ ਨਹੀਂ ਚੈੱਕ ਕਰਦੇ ਹੋ? ਅਸੀਂ ਤਾਂ ਉਹਨਾਂ ਨੂੰ ਕਿਹਾ, ਉਹੀ ਕਿਹਾ ਸੀ ਉਹਨਾਂ ਨੂੰ, ਕਿਹਾ ਸੀ ਉਹਨਾਂ ਨੂੰ ਵੀ ਸਾਡੇ ਤਾਂ ਹੁਣ ਤੁਸੀਂ ਘਰਾਂ ਦੇ ਵਿੱਚ ਵੜਦੇ ਤੁਰ ਫਿਰਦੇ ਵੀ ਨਾਲੇ ਦਾ ਤੁਸੀਂ ਹਸਾਨ ਲਵੋ, ਅੱਗੇ ਦਵਾਈ ਛਿੜਕ ਦਿੰਦੇ ਸੀ, ਉਹ ਵੀ ਨਹੀਂ ਛਿੜਕਦੇ ਹੁਣ, ਕੋਈ ਕੋਈ ਬੰਦੋਬਸਤ ਨਹੀਂ, ਕੋਈ ਨਹੀਂ ਆ, ਟਰਾਂਸਫਾਰਮ ਹੋ ਕੇ ਪ੍ਰਸ਼ਾਸਨ ਤੋਂ ਕੀ ਮੰਗ? ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਅਸੀਂ ਵੀ ਜੀਵ, ਅਸੀਂ ਵੀ ਮਨੁੱਖ ਆ, ਸਾਡੇ 'ਚ ਵੀ ਜਾਨ ਆ, ਆਪਦੇ ਜਿਹੜੇ ਹੈਗੇ ਆ ਏਡੇ ਏਡੇ ਲਾਲੇ ਭਾਪੇ, ਆਪਦੀਆਂ ਗਲੀਆਂ ਸਫਾਈ ਰੱਖਦੇ ਆ, ਇੰਨਾ ਕੁਛ ਕਰਦੇ ਆ, ਸਾਡੇ ਲਈ ਵੀ ਆਹ ਮਾੜਾ ਮੋਟਾ ਸਫਾਈ ਰੱਖਣ ਕਾ, ਸਾਡਾ ਗੋਹੇ ਦਾ ਪ੍ਰਬੰਧ ਕਰਨ, ਗੋਹਾ ਆਪਦਾ ਜੇ ਉਹਨਾਂ ਨੇ ਕਮਾਈ ਦਾ ਸਾਧਨ ਬਣਾਇਆ ਤਾਂ ਬੰਦੋਬਸਤ ਵੀ ਉਹ ਕਰਨ। ਕੈਮਰਾਮੈਨ ਗਿਰੋ ਸਿੱਧਮਾ ਕਲਾਂ ਦੇ ਨਾਲ ਐਵਨ ਮਹਿਰਾ, ਨਕੋਦਾ ਨਿਊਜ਼।